ਸਤਿ ਸ਼੍ਰੀ ਅਕਾਲ ਜੀ, ਨਿਊਜ਼ਲਾਈਨ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਕੱਲ੍ਹ ਯਾਰ ਜਿਗਰੀ ਕਸੂਤੀ ਡਿਗਰੀ ਵੈਬ ਸੀਰੀਜ਼ ਸਭ ਦੀ ਦਿਲਚਸਪ ਬਣੀ ਹੋਈ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਸੀਰੀਜ਼ ਦੇ ਨਾਮੀ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦੇ ਬੇਟੇ ਪੁਖਰਾਜ ਭੱਲਾ ਦੇ ਕਰੀਅਰ ਨੂੰ ਕਿਵੇਂ ਚਾਰ ਚੰਦ ਲਾ ਦਿੱਤੇ। ਇਸ ਸੀਰੀਜ਼ ਦੇ ਐਪੀਸੋਡ ਨੂੰ ਥੋੜ੍ਹੇ ਸਮੇਂ ਵਿੱਚ ਮਿਲੀਅਨਸ ਦੇ ਵਿੱਚ ਵਿਊ ਆ ਰਹੇ ਹਨ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਚੈਨਲ 'ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਪਹੁੰਚ ਸਕੇ। ਇਸ ਦੇ ਨਾਲ ਹੀ ਇਹ ਵੀਡੀਓ ਪੂਰੀ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਪੁਖਰਾਜ ਭੱਲਾ ਦੀ ਕਾਮਯਾਬੀ ਬਾਰੇ ਪਤਾ ਲੱਗ ਸਕੇ। ਆਓ ਜਾਣਦੇ ਹਾਂ ਕੀ ਹੈ ਯਾਰ ਜਿਗਰੀ ਕਸੂਤੀ ਡਿਗਰੀ ਵੈਬ ਸੀਰੀਜ਼ ਦੀ ਕਾਮਯਾਬੀ ਦਾ ਰਾਜ਼। ਪੁਖਰਾਜ ਭੱਲਾ ਦਾ ਜਨਮ 20 ਨਵੰਬਰ 1990 ਨੂੰ ਜਸਵਿੰਦਰ ਭੱਲਾ ਦੇ ਘਰ ਲੁਧਿਆਣਾ ਦੇ ਇੱਕ ਪਿੰਡ ਦਰਾਹਾ ਵਿੱਚ ਮਾਤਾ ਪਰਮਦੀਪ ਕੌਰ ਦੀ ਕੁੱਖੋਂ ਹੋਇਆ। ਪੁਖਰਾਜ ਨੇ ਆਪਣੀ ਸਕੂਲ ਦੀ ਪੜ੍ਹਾਈ ਗੁਰੂ ਨਾਨਕ ਦੇਵ ਪਬਲਿਕ ਸਕੂਲ ਲੁਧਿਆਣਾ ਤੋਂ ਕੀਤੀ। ਉਹ ਬਚਪਨ ਵਿੱਚ ਹੀ ਆਪਣੇ ਪਿਤਾ ਜਸਵਿੰਦਰ ਭੱਲਾ ਨੂੰ ਐਕਟਿੰਗ ਕਰਦੇ ਦੇਖਦੇ ਰਹਿੰਦੇ ਸਨ ਅਤੇ ਪਿਤਾ ਜਸਵਿੰਦਰ ਭੱਲਾ ਨੂੰ ਦੇਖਦੇ ਦੇਖਦੇ ਉਹਨਾਂ ਦਾ ਵੀ ਸ਼ੌਂਕ ਬਣ ਗਿਆ। ਉਹਨਾਂ ਨੂੰ ਵੀ ਇਹ ਸੀ ਕਿ ਉਹ ਇੱਕ ਦਿਨ ਵਧੀਆ ਐਕਟਿੰਗ ਕਰਨ ਤੇ ਇਸ ਲਈ ਉਹ ਆਪਣੇ ਸਕੂਲ ਕਾਲਜ ਵਿੱਚ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹਿੰਦੇ ਸਨ। ਵਿਹਲੇ ਟਾਈਮ ਪੁਖਰਾਜ ਆਪਣੇ ਪਿਤਾ ਤੋਂ ਐਕਟਿੰਗ ਦੀਆਂ ਬਰੀਕੀਆਂ ਸਿੱਖਦੇ ਰਹਿੰਦੇ ਸਨ ਜਾਂ ਕਈ ਵਾਰ ਉਹ ਆਪਣੇ ਪਿਤਾ ਨਾਲ ਉਹਨਾਂ ਦੇ ਸੈੱਟ ਤੇ ਵੀ ਚਲੇ ਜਾਂਦੇ ਜਿੱਥੇ ਉਹਨਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਸੀ। ਇਸ ਤਰ੍ਹਾਂ ਪੁਖਰਾਜ ਭੱਲਾ ਨੇ ਆਪਣੇ ਪਿਤਾ ਨੂੰ ਦੇਖਦੇ ਦੇਖਦੇ ਆਪ ਵੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਸਦਕਾ ਪੁਖਰਾਜ ਨੇ 2013 ਵਿੱਚ ਆਪਣੀ ਪਹਿਲੀ ਪੰਜਾਬੀ ਫਿਲਮ ਸਟੂਪਿਡ 7 ਵਿੱਚ ਰੋਲ ਕੀਤਾ। ਜੋ ਫਿਲਮ ਜ਼ਿਆਦਾ ਤਾਂ ਨਹੀਂ ਚੱਲੀ ਪਰ ਉਸ ਫਿਲਮ ਤੋਂ ਬਾਅਦ ਉਹਨਾਂ ਨੇ ਹੌਸਲਾ ਨਹੀਂ ਛੱਡਿਆ, ਆਪਣੀ ਮਿਹਨਤ ਲਗਾਤਾਰ ਉਸੇ ਤਰ੍ਹਾਂ ਹੀ ਜਾਰੀ ਰੱਖੀ। ਉਸ ਤੋਂ ਬਾਅਦ ਉਹਨਾਂ ਨੇ ਗੋਲਕ ਬੁਗਣੀ, ਬੈਂਕ ਤੇ ਬਟੂਆ, ਵਿਸਾਖੀ ਲਿਸਟ ਤੇ ਇਸੇ ਸਾਲ ਤਰਸੇਮ ਜੱਸੜ ਨਾਲ ਆਈ ਫਿਲਮ ਅਫਸਰ ਵਿੱਚ ਵੀ ਪੁਖਰਾਜ ਭੱਲਾ ਨੇ ਆਪਣਾ ਬਖੂਬੀ ਰੋਲ ਨਿਭਾਇਆ। ਸਿੰਮੀ ਚਹਿਲ ਤੇ ਕੰਗਣਾ ਰਣੌਤ ਉਹਨਾਂ ਦੀਆਂ ਫੇਵਰੇਟ ਐਕਟਰਸ ਵਿੱਚੋਂ ਇੱਕ ਹਨ। ਉਹ ਸਿੰਮੀ ਚਹਿਲ ਨਾਲ ਤਾਂ ਇੱਕ ਫਿਲਮ ਵੀ ਕਰ ਚੁੱਕੇ ਸਨ। ਜੇ ਗੱਲ ਕਰੀਏ ਉਹਨਾਂ ਦੀ ਵੈਬ ਸੀਰੀਜ਼ ਦੀ ਯਾਰ ਜਿਗਰੀ ਕਸੂਤੀ ਡਿਗਰੀ ਦੀ ਤਾਂ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਬੀਟੈਕ ਫਸਟ ਈਅਰ ਤੋਂ ਹੀ ਅਜਿਹਾ ਕੁਝ ਕਰਨ ਲਈ ਸੋਚ ਰਹੇ ਸਨ। ਸੋਚਦੇ ਸੋਚਦੇ ਉਹਨਾਂ ਨੂੰ 4 ਸਾਲ ਲੱਗ ਗਏ ਅਤੇ ਅਖੀਰ ਵਿੱਚ ਉਹਨਾਂ ਨੇ 2018 ਵਿੱਚ ਰੂਬੀ ਟਵਾਣਾ ਸਮੇਤ ਆਪਣੇ ਕਈ ਸਾਥੀਆਂ ਨਾਲ ਵੈਬ ਸੀਰੀਜ਼ ਨੂੰ ਜਦੋਂ ਬਣਾਇਆ ਤਾਂ ਉਹਨਾਂ ਨੇ ਮਨ ਵਿੱਚ ਇਹ ਸੀ ਕਿ ਪਤਾ ਨਹੀਂ ਇਹ ਸੀਰੀਜ਼ ਦਰਸ਼ਕਾਂ ਨੂੰ ਪਸੰਦ ਆਵੇਗੀ ਵੀ ਜਾਂ ਨਹੀਂ। ਪਰ ਇਸ ਤੋਂ ਬਾਅਦ ਉਹਨਾਂ ਦੇ ਐਕਟਿੰਗ ਕਰੀਅਰ ਵਿੱਚ ਜਿਵੇਂ 4 ਚੰਦ ਲੱਗ ਗਏ, ਉਹਨਾਂ ਵੱਲੋਂ ਇਸ ਸੀਰੀਜ਼ ਨੂੰ ਲਾਂਚ ਕੀਤਾ ਗਿਆ ਤੇ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲਿਆ। ਪਹਿਲੇ ਦਿਨ ਹੀ ਉਹਨਾਂ ਦੇ ਚੈਨਲ ਪੰਜਾਬੀ ਟ੍ਰੋਲ ਤੇ ਮਿਲੀਅਨਸ ਤੋਂ ਵੱਧ ਸਬਸਕ੍ਰਾਈਬਰ ਹੋ ਗਏ। ਸਰ ਲੈਕਚਰ ਸ਼ੁਰੂ ਕਰੀਏ ਕਿਉਂਕਿ ਟਾਈਮ ਬਹੁਤ ਘੱਟ ਹੈ ਤੇ ਸਿਲੇਬਸ ਬਹੁਤ ਜ਼ਿਆਦਾ ਜੀ। ਹਾਂਜੀ ਅੱਖ ਕਿਵੇਂ ਲੱਗੀ ਹੈ ਸਰ? ਮੈਨੂੰ ਸਾਨੂੰ ਕੀ ਮੌਤ ਪੈ ਜਾਂਦੇ ਹੋਏ। ਨੰਬਰ 1, ਹਾਂਜੀ, ਕਦੇ ਵੀ ਕੁੜੀ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਤੁਸੀਂ ਬਚਪਨ ਤੋਂ ਹੀ ਸਿੰਗਲ ਹੋ। ਅੱਛਾ ਜੀ। ਚਾਹੇ ਕੁੜੀ ਤੁਹਾਡੀ ਫਰੈਂਡ ਛੱਡੋ, ਤੁਹਾਡੇ ਕੋਲ ਦੀ ਨਾ ਲੰਘੀ ਹੋਵੇ। ਪਰ ਸਰ ਐਦਾਂ ਕਿਉਂ ਜੀ? ਬੱਚਿਓ, ਜੇ ਤੁਸੀਂ ਐਦਾਂ ਕਹੋਗੇ ਕੁੜੀ ਤਾਂ ਸਮਝੂਗੀ ਤੁਸੀਂ ਤਾਂ ਬੁੱਝੋ। ਜਲਦ ਹੀ ਪੁਖਰਾਜ ਭੱਲਾ ਇੱਕ ਨਵੀਂ ਪੰਜਾਬੀ ਫਿਲਮ ਵਿੱਚ ਲੀਡ ਰੋਲ ਕਰਨ ਜਾ ਰਹੇ ਹਨ। ਸਾਡੀ ਕਾਮਨਾ ਇਹ ਹੈ ਕਿ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਜੇਕਰ ਤੁਹਾਨੂੰ ਵੀ ਯਾਰ ਜਿਗਰੀ ਕਸੂਤੀ ਡਿਗਰੀ ਵੈਬ ਸੀਰੀਜ਼ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ, ਨਹੀਂ ਤਾਂ ਇਸ ਵੀਡੀਓ ਨੂੰ ਡਿਸਲਾਈਕ ਕਰ ਦਿਓ ਅਤੇ ਇਸ ਵੀਡੀਓ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਸ ਵੈਬ ਸੀਰੀਜ਼ ਵਿੱਚ ਕਿਸਦਾ ਕਿਰਦਾਰ ਸਭ ਤੋਂ ਵਧੀਆ ਲੱਗਦਾ ਹੈ ਅਤੇ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਹਰ ਕੋਈ ਇਸ ਵੈਬ ਸੀਰੀਜ਼ ਦੇ ਪੁਖਰਾਜ ਭੱਲਾ ਦੀ ਮਿਹਨਤ ਨਿੱਜੀ ਜ਼ਿੰਦਗੀ ਬਾਰੇ ਜਾਣ ਸਕੇ। ਇਸ ਦੇ ਨਾਲ ਹੀ ਇਜਾਜ਼ਤ ਦਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।